ਆਹ ਫੋਟੋ ਵੇਖੋ ਸਰਕਾਰੀ ਪ੍ਰੋਗਰਾਮ ਆ ਪਿੱਛੇ ਲਿਖਿਆ ਵੀ ਹੋਇਆ ਗਣਤੰਤਰ ਦਿਵਸ ਇਹ ਬੰਦੇ ਦੀ ਕਿੰਨੀ ਚੱਲਦੀ ਸੀ ਔਰ ਇਸ ਬੰਦੇ ਦਾ ਮੈਸੇਜ ਜਾਂਦਾ ਸੀ ਮਤਲਬ ਕਿ ਇਹਦੀ ਮੈਸੇਜਿੰਗ ਸੀ ਚੰਨੀ ਮਤਲਬ ਹਣੀ ਹਣੀ ਮਤਲਬ ਮਨੀ ਇਹ ਛਿੱਧਾ ਬਾਰ-ਬਾਰ ਮੈਸੇਜ ਜਾਂਦਾ ਸੀ ਆ ਵੇਖੋ ਉੱਥੇ ਜ਼ਿਲ੍ਹੇ ਦੇ ਐਸਐਸਪੀ ਜ਼ਿਲ੍ਹੇ ਦੇ ਡੀਸੀ ਜ਼ਿਲ੍ਹੇ ਦੇ ਹੋਰ ਕਾਂਗਰਸ ਦੇ ਐਮ ਐਲ ਏ ਸਹਿਬਾਨ ਸਾਰੇ ਸਾਹਮਣੇ ਖਲੋਤੇ ਆ ਤੇ ਨਾਰ ਉਹ ਡਾਕਟਰ ਮਨੋਹਰ ਸਿੰਘ ਵੀ ਬੜੇ ਉਹਨਾਂ ਦੇ ਚੰਨੀ ਸਾਹਿਬ ਦੇ ਭਾਈ ਸਾਹਿਬ ਵੀ ਤੁਹਾਨੂੰ ਚਮਕਦੇ ਦਿਸਣਗੇ ਔਰ ਕੁਲਜੀਤ ਨਾਗਰਾ ਇਹ ਸਾਰੇ ਨੇ ਤੁਹਾਡੇ ਸਾਹਮਣੇ ਇੱਕ ਫੋਟੋ ਪਹਿਲੀ ਹੁਣ ਦੂਜੀ ਦਿਖਾ ਦੇ ਮੈਂ ਥੋੜਾ ਨਾ ਫੋਟੋਆਂ ਤੇ ਤਾਂ ਜ਼ੋਰ ਦੇ ਰਿਹਾ ਕਿ ਸਰਕਾਰੀ ਪ੍ਰੋਗਰਾਮਾਂ ਤੇ ਇਹਦੀ ਕਿਵੇਂ ਚੱਲਦੀ ਸੀ ਆ ਦੂਜਾ ਸਰਕਾਰੀ ਪ੍ਰੋਗਰਾਮ ਪਿੱਛੇ ਪੰਜਾਬ ਸਰਕਾਰ ਦਾ ਆ ਬਿੱਲਾ ਲੱਗਿਆ ਔਰ ਉਸ ਪ੍ਰੋਗਰਾਮ ਚ ਵੀ ਰਵਨੀਤ ਬਿੱਟੂ ਚਨੀ ਇਹਨੂੰ ਹੀ ਆਨਰ ਕਰੀ ਜਾਂਦੇ ਆ ਕਮਾਊ ਪੁੱਤ ਜਿਹੜਾ ਸੀ ਮਨੀ ਮਿੰਟਿੰਗ ਮਸ਼ੀਨ ਆ ਮਨੀ ਪ੍ਰਿੰਟਿੰਗ ਮਸ਼ੀਨ ਆ ਤੇ ਇਹਦਾ ਤਾਂ ਹਰ ਹਰ ਤਰੀਕੇ ਦਾ ਸਰਕਾਰੀ ਸਨਮਾਨ ਹੋਣਾ ਚਾਹੀਦਾ ਫਿਰ ਆ ਇੱਕ ਹੋਰ ਸਰਕਾਰੀ ਪ੍ਰੋਗਰਾਮ ਮਹਿੰਦਰ ਕੇ ਪੀ ਜੀ ਤੇ ਆਪਣਾ ਹਨੀ ਤੇ ਚੰਨੀ ਸਾਫ ਫੇਰ ਔਰ ਹਰ ਸਰਕਾਰੀ ਪ੍ਰੋਗਰਾਮ ਚ ਆਪ ਤੁਸੀਂ ਉਹ ਵੀ ਵੇਖ ਲੋ ਉਹ ਜਿਹੜਾ ਓਨਰ ਵਾਸਤੇ ਲਾਉਂਦੇ ਆ ਤੁਹਾਨੂੰ ਤਾਂ ਨਹੀਂ ਦਿੰਦੇ ਇੱਧਰ ਲਾ ਦਿੰਦੇ ਅਗਲਾ ਤੇ ਜਿਹੜਾ ਬੌਣਾ ਫਿਰ ਪਿੱਛੇ ਕਿਵੇਂ ਰਹਿ ਜੂ ਕਿਉਂਕਿ ਬੌਣਾ ਵੀ ਇੱਥੇ ਕੰਮ ਦਾ ਬਾਦਸ਼ਾਹ ਜੀਰੇ ਚ ਇਹ ਆ ਕੋਈ ਬੌਣੇ ਨੂੰ ਤਾਂ ਜਾਣਦੀ ਹੋ ਯਾਰ ਇਸ ਤਰ੍ਹਾਂ ਕਿੱਧਰ ਬੁਖਾ ਦੇ ਜੱਪੀਆਂ ਵੇਖੋ ਕਿਵੇਂ ਪਈਆਂ ਸਾਰੇ ਕੇਸ 'ਚ ਬੌਣਾ ਤਾਂ ਲੀਗਲ ਅਡਵਾਈਜ਼ਰ ਹੈ ਇਹਨੂੰ ਲਾਦਨ ਅਗਲੀ ਯਾਰੀ ਸਾਰੇ ਕੰਮ ਦਾ ਅਗਲਾ ਨੰਬਰ ਇਹਦਾ ਹਲੇ ਐਡੀ ਦੇ ਕੋਲ ਨਹੀਂ ਪਹੁੰਚੀ ਔਰ ਮੈਂ ਤੁਹਾਨੂੰ ਹੋਰ ਦੱਸਦੇ ਆਂ ਇਹਦੇ ਬਾਰੇ ਇਹ ਤਾਂ ਬ੍ਰਦਰ ਇੱਕ ਬਹੁਤ ਵੱਡਾ ਮਨੀ এক্সচেঞ্জ ਦਾ ਕੰਮ ਕੈਨੇਡਾ 'ਚ ਚਲਾ ਰਿਹਾ ਸਰੀ 'ਚ ਕਰੋੜਾਂ ਰੁਪਈਆ ਇੱਥੋਂ ਕਮਾ ਕੇ ਪੈਸਾ ਬਾਹਰ ਕੈਨੇਡਾ ਜਾ ਰਿਹਾ ਹਲੇ ਤੱਕ ਉਹਦੀ ਜਾਂਚ ਨਹੀਂ ਹੋ ਰਹੀ ਔਰ ਬੌਣੇ ਦਾ ਕੌਣ ਪੁੱਛੀ ਜਾਂਦਾ ਆਹ ਅਗਲੀ ਫੋਟੋ ਬੇਤਾ ਮੈਂ ਕੱਲੀ ਤੁਹਾਨੂੰ ਹਲੇ ਪ੍ਰੋਕਸੀਮਿਟੀ ਦੀ ਦਿਖਾ ਰਿਹਾ ਬਾਲੇ ਤੁਸੀਂ ਫੋਟੋ ਚ ਅਗਲਾ ਚੱਲੋ ਹੁਣ ਉਹ ਵੀਡੀਓ ਵਿਖਾ ਦੇ ਦੀ ਚਲੋ ਪਿਆ ਵਾਲੀ ਦਿਖਾ ਦੇ ਆ ਇੱਕ ਹੋਰ ਸਰਕਾਰੀ ਪ੍ਰੋਗਰਾਮ ਸੀ ਆ ਮਤਲਬ ਪਿੱਛੇ ਦੇਖੋ ਆ ਗੋਰੇ ਵੀ ਖਲੋਤੇ ਆ ਇਹ ਨਾਲ ਹੀ ਜਾਂਦਾ ਚੰਨੀ ਹੰਨੀ ਤੇ ਮੰਨੀ 3 ਨੇ ਨਾਲ ਹੀ ਜਾਂਦੇ ਆ ਇਹਨਾਂ ਨੂੰ ਕੋਈ ਅੱਡ ਨਹੀਂ ਕਰ ਸਕਦਾ ਮਤਲਬ ਇਹਨਾਂ ਦੀ ਮੈਂ ਤਾਂ ਤੁਹਾਨੂੰ ਦਿਖਾ ਰਿਹਾ ਸਰਕਾਰੀ ਪ੍ਰੋਗਰਾਮ ਅਫੀਸ਼ੀਅਲ ਡੈਲੀਗੇਸ਼ਨ ਵਿਆਹ ਸ਼ਾਦੀ ਤਾਂ ਬਾਅਦ ਹੀ ਥਿਸ ਇਜ਼ ਅਫੀਸ਼ੀਅਲ ਡੈਲੀਗੇਸ਼ਨ ਆ ਹੁਣ ਜਿਹੜਾ ਵਿਆਹ ਹੋਇਆ ਸੀ ਕਾਕਾ ਜੀ ਦਾ ਚੰਨੀ ਸਾਹਿਬ ਦਾ ਉਹ ਆਪਣਾ ਕੀ ਨੋ ਯਾਰ ਉਹਦਾ ਨਵ ਨਵਰੀਤ ਨਵਜੀਤ ਨਵਜੀਤ ਉਹ ਵਿਆਹ ਤੇ ਵੀ ਸਾਰਾ ਖਰਚ ਭੰਗੜਾ ਪਾਉਣ ਦਾ ਕੰਮ ਇਹਦੀ ਅਫੀਸ਼ੀਅਲ ਡਿਊਟੀ ਔਰ ਤੁਸੀਂ ਵੇਖੋ ਇਸ ਬੰਦੇ ਦੀ ਕੀ ਮਤਲਬ ਹਰ ਮੰਤਰੀ ਨਾਲ ਹਰ ਐਮਪੀ ਨਾਲ ਆਸ਼ੂ ਜੀ ਵੀ ਉਹਦੇ ਨਾਲ ਇਤਰਾ ਫੋਟੋ ਖਿਚਾ ਰਿਹਾ ਜੇ ਇਹਦੇ ਨਾਲ ਨਾ ਖਚਾਈ ਤੇ ਫਿਰ ਚੰਨੀ ਔਕਾ ਤੇ ਚੰਨੀ ਜੇ ਚ ਮੰਨੀ ਔਕਾ ਤੇ ਚੰਨੀ ਔਕਾ ਤੇ ਹਣੀ ਔਕਾ ਆ ਕੰਮ ਵੇਖ ਲੋ ਆ ਇਧਰ ਆ ਵੇਖੋ ਆ ਫੋਟੋ ਹੀ ਸਭ ਕੁਝ ਬਿਆਨ ਕਰਦੀ ਆ ਰੱਬਾ ਮੇਲ ਕਰਾ ਦੇਵੀ ਇਹ ਹਣੀ ਦਾਤਾ ਇਹ ਸਾਰਾ ਜਿਹੜਾ ਵਿਆਹ ਦਾ ਖਰਚ ਹੈ ਨਾ ਜੇ ਈਡੀ ਕਰੂ ਜਾਂਚ ਦੇ ਅੱਧੇ ਪ੍ਰੋਗਰਾਮ ਤੈਂ ਚੰਨੀ ਤੇ ਨਿਆਣੇ ਤੇ ਹੰਨੀ ਨਹੀਂ ਕੀਤੇ ਨੇ ਮੰਨੀ ਨਾਲ ਮਿਲ ਕੇ ਆਹ ਅਗਲੀ ਫੋਟੋ ਚਲੋ ਅੱਗੇ ਚੱਲ ਯਾਰ ਨੂੰ ਆ ਚਲੋ ਆ ਕਹੀਰਲੀ ਵਿਖਾ ਦਿਆਂ ਤੁਹਾਨੂੰ ਆ ਮੰਗਲੀ ਦੀ ਕੋਈ ਪਰਿਵਾਰ ਦਾ ਪ੍ਰੋਗਰਾਮ ਹੋ ਜੇ ਸਰਕਾਰੀ ਪ੍ਰੋਗਰਾਮ ਹੋ ਜੇ ਕੋਈ ਪ੍ਰੋਗਰਾਮ ਹੋ ਜੇ ਹੰਨੀ ਤੋਂ ਬਗੈਰ ਚੰਨੀ ਅਧੂਰਾ ਚੰਨੀ ਤੋਂ ਬਗੈਰ ਮੰਨੀ ਅਧੂਰਾ ਮਗਰ ਇਹਨਾਂ ਤਿੰਨਾਂ ਦੀ ਮੰਨੀ ਮੰਨੀ ਇਹ ਦੂਜਾ ਨਾ ਸਮਝ ਲਿਓ ਮੰਨੀ ਮਤਲਬ ਨੋਟ ਇਹ ਮੈਂ ਕਹਿ ਰਿਹਾ ਮੰਨੀ ਚੰਨੀ ਤੇ ਹਨੀ ਨੂੰ ਕੋਈ ਅੱਡ ਨਹੀਂ ਕਰ ਸਕਦਾ ਅਗਲਾ ਆ ਵੇਖੋ ਜੀ ਸੀਐਮ ਹਾਊਸ ਤੋਂ ਆ ਕੀ ਕਹਿ ਰਿਹਾ ਭੁਪਿੰਦਰ ਸਿੰਘ ਇਸ ਫੀਲਿੰਗ ਹੈਪੀ ਵਿਦ ਇਕਬਾਲ ਸਰਪੰਚ 12 ਅਗਸਤ 20 ਸਪਟੈਂਬਰ ਵਿਦ ਸੀਐਮ ਪੰਜਾਬ ਜਿਸ ਦਿਨੋਂ ਸੀਐਮ ਬਣਦਾ ਹੈ ਉਦ ਦਿਨ ਜਾ ਕੇ ਫੋਟੋ ਲਵਾਉਂਦਾ ਉਦ ਦਿਨ ਦੀ ਸੀਐਮ ਬਣੇ ਦੀ ਫੋਟੋ ਵੇਖ ਲਿਓ ਆਹੀ ਪਾਈ ਸੀ ਲਾਲ ਪੱਗ ਔਰ ਉਹ ਪਿੱਛੇ ਤੁਸੀਂ ਤਾਂ ਗਏ ਹੋਣੇ ਸੀ ਆ ਮੈਂ ਉਹ ਸਾਨੂੰ ਤਾਂ ਗਿਆ ਨੂੰ ਥੋੜਾ ਚਿਰ ਹੋ ਗਿਆ ਆ ਫੋਟੋ ਵੇਖ ਲਿਓ ਕਿਹੜੀ ਹੈ ਧਿਆਨ ਨਾਲ ਠੀਕ ਆ ਜੀ ਕੋਈ ਪ੍ਰੂਫ ਵਿਦ ਪ੍ਰੂਫ ਆ ਹੁਣ ਦੇਖੋ ਹੁਣ ਮੈਨੂੰ ਇਹ ਦੱਸੋ ਕਿ ਇਹ ਬੰਦੇ ਦੇ ਖਤਰਾ ਕੀ ਹੈ ਇਹਨੂੰ ਇਹਨੂੰ ਖਤਰਾ ਇਹੀ ਹੈ ਕਿ ਜੇ ਇਹਨੂੰ ਸਿਕਿਉਰਟੀ ਨਾ ਦਿੱਤੀ ਤੇ ਪੈਸੇ ਕੌਣ ਸਾਂਭੂਗਾ ਮੈਂ ਤੁਹਾਨੂੰ ਇਹਨੂੰ ਜਿਪਸੀ ਕਿਵੇਂ ਮਿਲੀ ਆ ਤੁਸੀਂ ਇੱਕ ਮੈਂ ਇੱਕ ਹੋਰ ਬੰਦੇ ਦੀ ਮੈਂ ਇਨਵੈਸਟੀਗੇਸ਼ਨ ਮੰਗਦਾ ਕਿਉਂਕਿ ਉਹਨਾਂ ਨੇ ਉਹ ਕਾਗਜ਼ ਹੁਣ ਖੁਰਤਪੁਰਤ ਕਰਦੇ ਨੇ ਸੀਐਮ ਫੈਮਿਲੀ ਚ ਜਿਹੜੇ ਉਹ ਪਾਂਡੇ ਸਾਹਿਬ ਨੇ ਕੀ ਨਾਮ ਉਹਨਾਂ ਦਾ ਜਿਹੜੇ ਉਹ ਜਿਹੜੇ ਉਹਨਾਂ ਦੀ ਥਾਂ ਤੇ ਆਏ ਆ ਪਿਛਲੇ ਦੇ ਕੁਬੀ RAM ਦੀ ਥਾਂ ਤੇ ਏਕੇ ਪਾਂਡੇ ਏਕੇ ਪਾਂਡੇ ਨੇ ਹੁਣ ਉਹ ਜਿਹੜੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਹੁੰਦੀ ਹੈ ਜਿਹੜੀ ਸੀਐਮ ਵਾਸਤੇ ਉਹਦੇ ਚੋਂ ਇਹਨੂੰ ਮਤਲਬ ਤੁਸੀਂ ਵੇਖੋ ਇਸ ਬੰਦੇ ਦੀ ਕਿੰਨੀ ਚੱਲਦੀ ਕਿਵੇਂ ਆ ਤੁਸੀਂ ਅੱਜ ਜਾ ਕੇ ਕੱਢ ਲਓ ਸਾਨੂੰ ਸਿਕਿਉਰਿਟੀ ਵਿੰਗ ਤੋਂ ਕੋਈ ਕਾਗਜ਼ ਨਹੀਂ ਲੱਭਣ ਔਰ ਮੈਂ ਜਦ ਪਤਾ ਕੀਤਾ ਕਿ ਸਿਕਿਉਰਿਟੀ ਵਿੰਗ ਤੇ ਕਾਗਜ਼ ਚੋਂ ਨਹੀਂ ਕਿਉਂਕਿ ਇਹ ਦੀ ਜਿਹੜੀ ਹੈ ਇਹ ਸੀਐਮ ਫੈਮਿਲੀ ਚ ਡੈਜਿਗਨੇਟਿਡ ਇਹਨੂੰ ਸਿਕਿਉਰਿਟੀ ਕਵਰ ਦਿੱਤਾ ਗਿਆ ਔਰ ਇਹ ਉਹਦੀ ਅੱਜ ਜਿੱਥੇ ਰੇਡ ਹੋਈ ਸੀ ਕੀ ਨਾ ਜੀ ਹੋਮਲੈਂਡ ਅੱਜ ਮੈਂ ਤੁਹਾਨੂੰ ਵੀਡੀਓ ਵਿਖਾਉਣਾ ਹੈ ਹੰਨੀ ਨਿਕਲੂਗਾ ਤੁਸੀਂ ਸਾਰਾ ਜਰਾ ਧਿਆਨ ਨਾਲ ਵੇਖਿਓ ਪਲੀਜ਼ ਬੇਅਰ ਵਿਦ ਮੀ ਕਿ ਮੈਂ ਤਚਲੀ ਕਰਦੇ ਅੱਗੇ ਚੱਲਾਂਗੇ ਆਪਾਂ ਆ ਕਰਾਓ ਮੈਨੂੰ ਬੜਾ ਟਾਈਮ ਲੱਗ ਗਿਆ ਜੀ ਮੈਂ ਨਾਲੇ ਤਾਂ ਹਾਈ ਕੋਰਟ ਪੁਕਤਣਾ ਤੇ ਮੈਂ ਵੋਟਾਂ ਵੀ ਮੰਗਣੀਆਂ ਤੇ ਮੈਂ ਇਹ ਵੀ ਇਕੱਠਾ ਕਰਨਾ ਇਸ ਲਈ ਥੋੜਾ ਕੰਮ ਨਾ ਮੰਬੋ ਜੰਬੋ ਹੋਇਆ ਬਟ ਬੇਅਰ ਵਿਦ ਮੀ ਆਹ ਡੇਟ ਹੈ ਜੀ ਉੱਤੇ 1 16 22 ਸੰਡੇ 11 ਵਜੇ 16 ਮਿੰਟ 31 ਸਕਿੰਡ ਚੱਲ ਭਾਈ ਏ.ਐਮ. ਹੁਣ ਆਊਗਾ ਹਨੀ ਨਿੱਕਲ ਕੇ ਉਹ ਗੱਡੀ ਖੜੀ ਉਹ ਆ ਗਿਆ ਹਨੀ ਆ ਕੁਰਤੇ ਪਜਾਮੇ ਵਾਲਾ ਉਹਨੇ ਆਊਗਾ ਉਹ ਆ ਗਿਆ ਆ ਬੰਦਾ ਜਾਂਦਾ ਇੱਥੋਂ ਉਹਨੂੰ ਚਾਬੀ ਦਿੰਦਾ ਜਿੱਥੇ ਫਲੈਟ ਦੀ ਜਿੱਥੇ ਰੇਡ ਭਈਆ ਜਿੱਥੇ ਰੇਡ ਹੋਇਆ ਉਸੇ ਫਲੈਟ ਦੀ ਉਹ ਗਿਆ ਹੁਣ ਗੱਡੀ ਕੋਲ ਉੱਥੋਂ ਸਮਾਨ ਕੱਢਦਾ ਕੋਈ ਤੇ ਆਪਦੀ ਗੱਡੀ 'ਚ ਆ ਕੇ ਬਹਿੰਦਾ this is 2 days before the raid ਮੈਂ ਤੁਹਾਨੂੰ ਮਤਲਬ ਹਲੇ ਤਾਂ ਮੈਨੂੰ ਇਹ ਥੋੜਾ ਜਿਹਾ ਚਾਰਜ ਖੁੱਲਾ ਜਾਂ ਦੇ ਦੇਣ ਤੇ ਮੈਂ ਤੁਹਾਨੂੰ ਇਹ ਜੀਆਂ ਵੀਡੀਓ ਕੱਢ ਕੇ ਲਿਆਉਂਗਾ ਜਿਹੜੀ ਮੈਂ ਲੱਭੀਆਂ ਤਾਂ ਨਹੀਂ ਥੋਡੇ ਤੋਂ ਵੀ ਛਾਂੜ ਕੇ ਥੋਡੇ ਵੀ ਰੋਂਗ ਤੇ ਖੜੇ ਹੋ ਜਾਣੇ ਕੀ ਬਣ ਰਿਹਾ ਕਿ ਟੈਂਟ ਵਾਲੇ ਨੇ ਵੀ ਕਦੇ ਇੰਨੇ ਫੱਟੇ ਚੱਕੇ ਕੋਈ ਟੈਂਟ ਵਾਲੇ ਦੀ ਕਹਾਣੀ ਵੀ ਨਹੀਂ ਸੁਣੀ ਹੋਣੀ ਮਾਈਕ ਲਾਉਣ ਵਾਲੇ ਕੋਲ ਕਦੇ 10 ਕਰੋੜ ਲੰਘਤ ਨਹੀਂ ਲੱਭੇ ਅਜ ਤੱਕ ਔਰ ਜੇ ਦੀ ਇਨਵੈਸਟੀਗੇਸ਼ਨ ਹੋ ਗਈ ਕਰੋੜਾਂ ਰੁਪਏ ਦੀ ਬੇਨਾਮੀ ਪ੍ਰਾਪਰਟੀ ਨਿਕਲਨੀ ਹੈ ਕਰੋੜਾਂ ਅਰਬਾਂ ਆ ਆ ਗਿਆ ਉਹ ਜਾਂਦਾ ਜੀ ਮਗਰ ਉਹਦੀ ਗੱਡੀ ਪੈਕਟ ਪੂਕਟ ਫੜੇ ਆ ਆ ਜਿਪਸੀ ਲੱਗਿਆ ਵੇਖੋ ਕਮਾਂਡੋ ਇਹ ਮਤਲਬ ਇਹ ਕੀ ਚੀਜ਼ ਹੈ ਇਹ ਐਮ.ਐਲ.ਏ ਹੈ ਇਹ ਮਤਲਬ ਵਾਟ ਇਜ਼ ਹੀ ਆਹ ਕਹਾ ਸਟਿੱਕਰ ਸਟੁਕਰ ਉਹ ਲਾਲ ਉਹ ਲਾਈਟਾਂ ਜਗ ਰਹੀਆਂ ਲਾਲ ਬੱਤੀ ਕਹਿੰਦੇ ਐਮ.ਐਲ.ਏ ਨਹੀਂ ਲਾ ਸਕਦਾ ਵਜੀਰ ਨਹੀਂ ਲਾਦਾ ਇਹਦੇ ਪਿਓ ਦੇ ਪੁੱਤ ਦੇ ਲੱਗੀਆਂ ਗੱਡੀ ਤੇ ਕਮਾਊ ਪੁੱਤ ਹੈ ਨਾ ਹੋਰ ਕਾਂਗਰਸ ਇਹ ਕਮਾਊ ਪੁੱਤ ਪਿੱਛੇ ਇਲੈਕਸ਼ਨ ਕਮਿਸ਼ਨ ਕੋਲ ਪਹੁੰਚੀ ਹੋਈ ਆ ਕੰਮ ਵੇਖ ਲੋ ਮੈਂ ਤਾਂ ਸੋਚਿਆ ਇਹਦੇ ਕਲਾ ਮੈਨੂੰ ਕਹਿਣਗੇ ਫੜ ਕੇ ਅੰਦਰ ਕਰਦੇ ਉਹਨੂੰ ਬਚਾਉਣ ਚਲੀ ਗਈ ਆਹ ਵੇਖੋ ਲਾਈਟਾਂ ਲਾਲ ਬੱਤੀਆਂ ਕਿਵੇਂ ਜਗਦੀਆਂ ਉਹ ਅੱਗੇ ਐਮਐਲਏ ਦਾ ਸਟicker ਵੀ ਲੱਗਿਆ ਇਹ ਗੱਡੀ ਕਿਹਦੀ ਇਹ ਐਮਐਲਏ ਦਾ ਸਟicker ਕਿਹਦਾ ਕੀ ਕਿਸੇ ਨੇ ਉਹ ਜਾਂਚ ਕੀਤੀ ਇਹਦੇ ਕੋਲ ਐਮਐਲਏ ਦਾ ਸਟicker ਪਹੁੰਚਿਆ ਕਿਵੇਂ ਇਹਦੇ ਕੋਲੇ ਬਲੈਕ ਕੈਟ ਕਮਾਂਡੋਜ਼ ਜਿਹੜਾ ਸੀਐਮ ਸਿਕਿਉਰਿਟੀ ਦਾ ਹਿੱਸਾ ਨੇ ਉਹਦੇ ਚ ਇਹ ਬੰਦਾ ਪਹੁੰਚ ਕਿਵੇਂ ਗਿਆ ਇਹਨੂੰ ਤੇ ਕਿੱਥੋਂ ਦਿੱਤੀ ਅੱਗੇ ਚੱਲ ਥੋੜਾ ਘਲਾ ਲਿਆ ਮੇਰੇ ਕੋਲੋਂ ਉਹ ਵੀਡੀਓ ਦਿਖਾਓ ਜੀ ਹੁਣ ਮੈਂ ਕਿਉਂ ਇਹ ਇਹਦੇ ਚ ਹੁਣ ਕੁਝ ਵਕਾਉਣਾ ਨਹੀਂ ਤਾਂ ਉਹ ਨਹੀਂ ਜੀ ਤੁਸੀਂ ਉਹ ਵੀਡੀਓ ਦਿਖਾਓ ਜਿਹੜੀ ਉਸ ਦਿਨ ਦੀ ਪ੍ਰੈਸ ਕਾਨਫਰੰਸ ਦੀ ਹੈ ਮੈਂ ਹੁਣ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਿਆ ਵੇਖੋ ਕਮਾਲ ਦੀ ਗੱਲ ਹੈ ਚੰਨੀ ਹਨੀ ਦੇ ਬਚਾਅ ਚ ਕਿਉਂ ਆ ਰਿਆ ਜੇ ਚੰਨੀ ਹਨੀ ਦੇ ਬਚਾਅ ਚ ਨਾ ਆਵੇ ਤੇ ਹਨੀ ਦਾ ਮੂੰਹ ਖੁੱਲ ਜੇ ਤੇ ਮੰਨੀ ਫਿਰ ਚੰਨੀ ਕੋਲੋਂ ਲੱਭਣਾ ਔਰ ਮੈਂ ਆਪ ਪ੍ਰੈਸ ਕਾਨਫਰੰਸ ਬੜੇ ਧਿਆਨ ਨਾਲ ਸੁਣਿਓ ਜੀ 4:3 7 8 18 ਦੀ ਐਫਆਈਆਰ ਹੈ ਕਿਹੜੀ ਚੱਕ ਕੇ ਕਾਰਵਾਈ ਕੀਤੀ ਹੈ ਆ ਐਫਆਈਆਰ ਹੈ ਇਹਦੇ ਵਿੱਚ ਨਾਮ ਵੀ ਨਹੀਂ ਹੈ ਐਫਆਈਆਰ ਦੇਖੀ ਰੋਕ ਲੈ ਜੀ ਪਿਊ ਜੁਡੇ ਹੋਏ ਆ ਕਿ ਨਹੀਂ ਉਡੇ ਹੈ ਤੈਨੂੰ 18 ਦੀ ਐਫ ਆਈ ਆਰ ਦੇ ਮਤਲਬ ਮਤਲਬ ਤੜਕੂ ਪਿਆ ਇੱਥੇ 13 ਦੀ ਦੇ ਦਿੱਤੀ ਬਸ 10 ਸਾਲ ਬਾਅਦ ਤੈਨੂੰ ਹਲੇ ਚਾਰਾ ਦਾ ਹੈ ਵੇਖੋ ਗੱਲ ਨਹੀਂ ਆਉਂਦੀ ਐਸ ਤਰ੍ਹਾਂ ਫੜਕਦੇ ਬੁੱਲ ਹਲੇ ਤਾਂ ਮੈਂ ਅੱਜ ਇਹ ਗੱਲ ਵੀ ਕਹਿ ਰਿਹਾ ਸੈਂਟਰ ਰਲੀ ਆ ਇਹਦੇ ਨਾਲ ਈਡੀ ਰਲੀ ਆ ਕਿਉਂ ਨਹੀਂ ਜਾਂਚ ਹੋ ਰਹੀ ਇਸ ਬੰਦੇ ਦੀ ਕਿਉਂਕਿ ਹਨੀ ਦੀ ਤਾਂ ਪਛਾਣ ਕੋਈ ਨਹੀਂ ਹਨੀ ਦੀ ਕੋਈ ਹੈ ਹੀ ਨਹੀਂ ਜੀ ਕੋਈ ਡਿਜਿਗਨੇਸ਼ਨ ਨਹੀਂ ਕੋਈ ਉਹਦੀ ਜਗਾ ਨਹੀਂ ਕੋਈ ਹੀ ਇਸ ਯੂজিং ਦਾ ਪਾਵਰਸ ਆਫ ਦਾ ਸੀਐਮ ਐਂਡ ਵਾਈ ਕੋਈ ਕਾਰਵਾਈ ਨਹੀਂ ਔਰ ਇਹ ਬੰਦਾ ਉਹਨੂੰ ਕਿਵੇਂ ਸਰਪ੍ਰਸਤੀ ਦਿੰਦਾ ਸੀ ਕਿਵੇਂ ਕੀ ਕਰਦਾ ਹੁਣ ਸੁਣਿਓ ਐਫ ਆਈ ਆਰ ਐਫ ਆਈ ਆਰ ਕਹਿੰਦਾ ਨਾਉ ਨਹੀਂ ਹੁਣ ਮੈਂ ਨਾਉ ਦੀ ਕਹਾਣੀ ਦੱਸਦਾ ਲੇਕਿਨ ਰਾਤੇ ਰਾਤ ਨਾਮ ਜੋੜ ਕੇ ਉਹਨੂੰ ਵੀ ਵਿਚਕੜੀ ਦਿੱਤਾ ਮੈਂ ਕਹਿੰਦਾ ਜੀ ਰੇਡ ਕਰਦੇ ਕੋਈ ਗੱਲ ਦਾ ਹੋਵੇ ਕਿਸੇ ਗੱਲ ਪਰ ਰੇਡ ਕਰੋ ਕੋਈ ਵੀ ਗੱਲ ਤੋਂ ਇਨਫਰਮੇਸ਼ਨ ਮਿਲੀ ਠੀਕ ਹੈ ਕਰੋ ਰੇਡ ਲੇਕਿਨ ਤੁਹਾਡਾ ਬੇਸ ਦਾ ਕਰਿਆ ਕਿ ਆ 18 ਦੀ ਜਿਹੜੀ ਐਫ ਆਈ ਆਰ ਹੈ ਤੇ ਉਹਦਾ ਨਾਮ ਵੀ ਨਹੀਂ ਹੈ ਜਿਹੜਾ ਹੁੰਦਾ ਕੁਦਰਤ ਦੀਪ ਨਾਲ ਚੱਕਿਆ ਉਸ ਨੂੰ ਪੁਲਿਸ ਕੈਚ ਤੋਂ ਕੱਢ ਚੁੱਕੀ ਹੈ ਉਸਨੇ ਕੋਰਟ ਹਾਈ ਕੋਰਟ ਦੇ ਵਿੱਚ ਰੋਕ ਲਿਆ ਕਹਿੰਦਾ ਜੀ ਜਿਹੜਾ ਕੁਦਰਤ ਦੀਪ ਮੁੰਡਾ ਚੁੱਕਿਆ ਉਹਨੂੰ ਪੁਲਸ ਨੇ ਕੱਢਤਾ ਹੁਣੇ ਪੁਲਸ ਵਾਲੇ ਮਹਾਸ਼ੇ ਕਿਹੜੇ ਨੇ ਜਿਨ੍ਹਾਂ ਨੇ ਕੱਢਤਾ ਕੋਈ ਹੋਰ ਨਹੀਂ ਇਕੋ ਬਲਰਾਜ ਸਿੰਘ ਹੀ ਆ ਐਸਪੀਡੀ ਉਸ ਵੇਲੇ ਦਾ ਐਸਪੀਡੀ ਨਵਾਂ ਸ਼ਹਿਰ ਜਿਹੜੇ ਬਲਰਾਜ ਸਿੰਘ ਨੇ ਦਾਸ ਤੇ ਮਿਹਰਬਾਨੀ ਕੀਤੀ ਚੱਟੋ ਪਾਦਿਆ ਦੇ ਨਾਲ ਰਲ ਕੇ ਜਿਹੜੇ ਬਲਰਾਜ ਸਿੰਘ ਨੇ ਆਪ ਦਾ ਮੁੰਡਾ ਪ੍ਰਿੰਸਪ੍ਰੀਤ 4-5 ਸਾਲ ਦੀ ਸਰਵਿਸ ਚਈ ਕਈ ਵਿਚਾਰੇ 15-15 ਸਾਲ ਸਰਵਿਸ ਕਰਦੇ ਤੇ ਹੈਂਡ ਕਨਸਟੇਬਲ ਨਹੀਂ ਬਣਦੇ ਇਨਸਪੈਕਟਰ ਹੀ ਬਣ ਗਿਆ ਉਸ ਬਲਰਾਜ ਸਿੰਘ ਨੇ ਰਣ ਮੇਲ ਕੇ ਜਿਵੇਂ ਮੇਰੇ ਤੇ ਕੰਮ ਕੀਤਾ ਉਸੇ ਬਲਰਾਜ ਸਿੰਘ ਨਾਲ ਮੈਂ ਵੇਖਾਂ ਕੀ ਹੈ ਚੱਕਰ ਕੀ ਹੈ ਕਿਹੜਾ ਬੰਦਾ ਜੀਨੇ ਕਲੀਨ ਚਿੱਟ ਦਿੱਤੀ ਤੇ ਜਦ ਮੈਂ ਘੋ ਕਰਦਾ ਕਰਦਾ ਪਹੁੰਚਿਆ ਇੱਕੋ ਹੀ ਆ बलराज सिंह और एक अखबार ने लिखया तूसी लिखया नहीं और बलराज सिंह की कह रहे हैं आ इंडियन एक्सप्रेस ने पूछिया विच ही व्हेन कांटेक्टेड द देन एसपीडी बलराज सिंह हु हैड कंडक्टेड द इंक्वायरी रिफ्यूज टू ऑफर एनी कमेंट्स ऑन डिक्लेयरिंग कुद्रब दीप सिंह इनोसेंट इन हिज इंक्वायरी रिपोर्ट मेरे वेले ता फेर चलो थोड़ा ਦਰਿਆਦਰ ਚੀਕੂ ਕੀ ਸੀਐਮ ਦਾ ਹੱਥ ਸੀ ਕਹਿੰਦਾ ਮੇਰੇ ਮੁੰਡੇ ਨੇ ਪੀਐਚਡੀ ਕੀਤੀ ਆ ਗੱਡੀ ਚੋਰੀ ਕਰਨ ਵਾਲੇ ਮੁੱਦੇ ਤੇ ਤਾਂ ਇਹਨੂੰ ਇਨਸਪੈਕਟਰ ਬਣਾਤਾ ਇਹ ਵੀ ਦੇਖੋ ਇੱਕ ਆ ਡਜ ਇਹ ਵੀ ਇੱਕ ਮਤਲਬ ਪ੍ਰਾਪਤੀ ਆ ਕਿ ਜੇ ਤੁਸੀਂ ਗੱਡੀ ਚੋਰੀ ਦੇ ਮੁੱਦੇ ਤੇ ਪੀਐਚਡੀ ਕਰੋ ਤੁਹਾਡੀ ਪ੍ਰੋਮੋਸ਼ਨ ਹੋ ਜਾਂਦੀ ਹੈ ਮੈਂ ਤਾਂ ਸਾਰੇ ਪੁਲਿਸ ਵਾਲੇ ਵੀਰਾਂ ਨੂੰ ਕਹਿੰਨਾ ਤੁਸੀਂ ਇਹੋ ਜਿਹੀ ਪੀਐਚਡੀ ਚੰਨੀ ਨੇ ਵੀ ਕੀਤੀ ਹੈ ਤੁਸੀਂ ਵੀ ਕਰਕੇ ਆਓ ਤੇ ਮੈਨੂੰ ਲੱਗਾ ਸਾਰੀ ਪ੍ਰਮੋਟ ਹੋ ਜਾਣੇ ਚਲੋ ਛੱਡੋ ਜੀ ਅੱਗੇ ਚੱਲ ਆ ਅੱਗੇ ਤਾਂ ਨਹੀਂ ਸੁਣਾਉਣ ਦੀ ਲੋੜ ਅੱਗੇ ਤਾਂ ਤੁਸੀਂ ਸੁਣੀ ਹੈ ਸਾਰੀ ਜੀ ਇਸੇ ਤਰ੍ਹਾਂ ਇੱਕ ਕੁਦਰਤ ਦੀਪ ਕੋਨਾ ਹੁਣ ਜਿਹੜੀ ਰੇਡ ਹੋਈ ਐ ਆ ਕੰਪਨੀ ਆ ਜੀ ਇਹ ਹੈਗੀ ਜੀ ਪ੍ਰੋਵਾਈਡਰ ਓਵਰ ਸੀਜ਼ ਕੰਸਲਟੈਂਸੀ ਪ੍ਰਾਈਵੇਟ ਲਿਮਿਟਿਡ ਹੁਣ ਗੁੱਸਾ ਨਾ ਕਰ ਜਿਓ ਯਾਰ ਕਈ ਚੈਨਲ ਵਾਲੇ ਮੇਰੀ ਗੱਲ ਸਭ ਤੋਂ ਵੱਧ ਇਸ਼ਤਿਹਾਰ ਐਡ ਇਹਦਾ ਹੀ ਚੱਲਦਾ ਧਿਆਨ ਨਾਲ ਵੇਖਿਆ ਕਰੋ ਜਦੋਂ ਵੇਖਦੇ ਹੋ ਨਾ ਇਹਦੀ ਐਡ ਬੜੀ ਚੱਲਦੀ ਆ provider overseas consultancy private limited ਮੈਨੂੰ ਤਾਂ ਇੱਕ ਬੰਦੇ ਦਾ ਫੋਨ ਵੀ ਆਇਆ ਸੀ ਇੱਕ ਚੈਨਲ 'ਚ ਖਾਸ ਚੱਲਦੀ ਹੈ ਮਗਰ ਜੇ ਮੈਂ ਨਾ ਲੈ ਲਿਆ ਉਹਨਾਂ ਨੇ ਐਵੇਂ ਦਾਸ ਦੇ ਦਿਵਾਲੇ ਹੋ ਜਾਣਾ ਤੁਸੀਂ ਆਪ ਹੀ ਵੇਖ ਲਿਓ